और एक्टर अपनी तारीफ सुनना किस तरह का एक्सपीरियंस होता है? वर्ड्स ही नहीं। ये भी नहीं कह सकते कि ब्रे ना कर खुशी दे आ इन्हें रोक भी नहीं सकते ਤੁਸੀਂ ਵੀ ਤਾਂ ਪਰ ਰੋ ਰਹੇ ਹੋ ਸਾਈਡ ਤੋਂ ਪਰ ਪਤਾ ਲੱਗ ਰਿਹਾ ਪਰ ਚਲੋ ਵਧੀਆ ਬਾਈ ਨੇ ਬਹੁਤ ਮਿਹਨਤ ਕੀਤੀ ਇਹ ਅਗਰ ਔਰਡੀਨੈਂਸ ਨਹੀਂ ਤਾਂ ਅਸੀਂ ਕੁਛ ਵੀ ਨਹੀਂ ਔਰ ਮੇਰੇ ਦਿਮਾਗ 'ਚ ਕਦੀ ਵੀ ਨਹੀਂ ਇਹ ਗੱਲ ਆਈ ਕਿ ਵੀ ਮੈਂ ਪਤਾ ਨਹੀਂ ਮੈਂ ਹੀ ਹਾਂ ਸਭ ਕੁਛ ਨਹੀਂ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ ਬਿਲਕੁਲ ਜੀ ਮੈਂ ਉਹਨਾਂ 'ਤੇ ਵਿਸ਼ਵਾਸ ਕਰਦਾ 17-18 ਸਾਲ ਹੋ ਗਏ ਇੰਡਸਟਰੀ 'ਚ ਮੈਨੂੰ ਕਦੀ ਵੀ ਇੱਕ ਪੱਲੇ ਵੀ ਇੱਦਾਂ ਦਾ ਨਹੀਂ ਆਇਆ ਕਿ ਮੈਂ ਕਿਹੜੀ ਇੰਡਸਟਰੀ ਚੂਜ਼ ਕਰ ਲਈ ਜਾਂ ਮੈਂ ਕਿਹੜੀ ਲਾਈਨ 'ਚ ਆ ਗਿਆ ਜਾਂ ਮੈਨੂੰ ਨਹੀਂ ਆਉਣਾ ਚਾਹੀਦਾ ਸੀ ਨਹੀਂ ਮੈਨੂੰ ਕਦੀ ਦਿਮਾਗ 'ਚ ਵੀ ਨਹੀਂ ਆਇਆ ਮੈਨੂੰ ਤਾਂ ਇੱਦਾਂ ਲੱਗਿਆ ਕਿ ਯਾਰ ਇਹ ਰੱਬ ਨੇ ਬਣਾਇਆ ਮੇਰੇ ਲਈ ਹੈ ਨਾ ਮੈਂ ਤਾਂ ਕੁਛ ਹੋਰ ਬਣਨਾ ਚਾਹੁੰਦਾ ਸੀ ਮੈਂ ਤਾਂ ਸਕੂਟਰ ਮੈਕੈਨਿਕ ਬਣਨਾ ਚਾਹੁੰਦਾ ਸੀਗਾ ਮੇਰਾ ਜੋ ਵੱਡਾ ਬ੍ਰਦਰ ਹੈ ਪਲਜਿੰਦਰ ਭੰਗੂ ਉਹਦੇ ਕਰਕੇ ਅੱਜ ਮੈਂ ਇੰਡਸਟਰੀ 'ਚ ਹਾਂ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਮੇਰੀ ਸਪੋਰਟ ਕੀਤੀ ਜਿੰਨੀ ਵੀ ਕੀਤੀ ਹੈ ਮੈਨੂੰ ਯਾਦ ਆ ਕਿ ਜਦੋਂ ਸਾਡੇ ਘਰ ਦੇ ਹਾਲਾਤ ਵੀ ਇੰਨੇ ਸਹੀ ਨਹੀਂ ਹੁੰਦੇ ਸੀਗੇ 2004 ਦੀਆਂ ਗੱਲਾਂ ਇਹ ਅਤੇ ਉਹ 1200 ਰੁਪਏ ਦੀ ਦਿਹਾੜੀ 'ਤੇ ਮਤਲਬ ਪਰ ਮੰਥ 'ਤੇ ਉਹ ਜੋਬ ਕਰਦਾ ਹੁੰਦਾ ਸੀਗਾ ਪੇਂਟ ਦੀ ਸ਼ੋਪ 'ਤੇ ਅਤੇ ਜੋ ਕਮਾਉਂਦਾ ਸੀ ਉਹ ਮੇਰੇ 'ਤੇ ਲਾਉਂਦਾ ਸੀ ਵੈਸਪਾ ਸਕੂਟਰ 'ਚ ਤੇਲ ਪਵਾ ਕੇ ਆਹ ਡਾਇਰੈਕਟਰ ਕੋਲ ਫਲਾਣੇ ਡਾਇਰੈਕਟਰ ਕੋਲ ਇੱਧਰ ਉੱਧਰ ਅਸੀਂ ਸਟਰਗਲ ਟਾਈਮ ਅਸੀਂ ਜਾਂਦੇ ਹੁੰਦੇ ਸੀ ਕਰਦੇ ਹੁੰਦੇ ਸੀਗੇ ਸਟਰਗਲ ਉਹਨੇ ਹਮੇਸ਼ਾ ਮੈਨੂੰ ਮੋਟੀਵੇਟ ਕੀਤਾ ਕਿ ਬਈ ਤੂੰ ਕਰ ਸਕਦਾ ਤੈਨੂੰ ਕਰਨਾ ਚਾਹੀਦਾ ਮੈਨੂੰ ਲੱਗਦਾ ਜੇ ਉਹ ਮੈਨੂੰ ਨਹੀਂ ਕਹਿੰਦਾ ਨਾ ਜੇ ਉਲਟਾ ਮੈਨੂੰ ਇਹ ਕਹਿ ਦਿੰਦਾ ਕੱਖ ਨਹੀਂ ਕਰ ਸਕਦਾ ਅਤੇ ਸ਼ਾਇਦ ਮੈਂ ਨਹੀਂ ਕਰਦਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅਸੀਂ ਤੁਹਾਨੂੰ ਬਹੁਤ ਟਾਈਮ ਤੋਂ ਸਕਰੀਨ 'ਤੇ ਦੇਖਦੇ ਹਾਂ ਸੋ ਵੇਟ ਵੀ ਹੁੰਦੀ ਹੈ ਤੁਸੀਂ ਇੱਕ ਉਹ ਚਿਹਰਾ ਹੋ ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਦੇ ਦਿਲਾਂ ਵਿੱਚ ਸਥਾਪਿਤ ਕਰਨ ਲਈ ਆਪਣੇ ਆਪ ਨੂੰ ਸਕਰੀਨ 'ਤੇ ਰੱਖਿਆ ਸੋ ਤੁਹਾਡੇ ਲਈ ਕੀ ਫੀਲਿੰਗਸ ਹੁੰਦੀਆਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਜੀ ਤੁਹਾਨੂੰ ਅਤੇ ਫੀਲਿੰਗਸ ਬਹੁਤ ਵਧੀਆ ਹੁੰਦੀਆਂ ਜਦੋਂ ਆਪਾਂ ਇੰਨੇ ਟਾਈਮ ਤੋਂ ਕੰਮ ਕਰ ਰਹੇ ਹੋਈਏ ਹੈ ਨਾ ਤੁਹਾਨੂੰ ਪਿਆਰ ਮਿਲ ਰਿਹਾ ਹੋਵੇ ਲੋਕਾਂ ਦਾ ਤੁਹਾਡੀ ਮਿਹਨਤ ਨੂੰ ਭਾਗ ਲੱਗ ਰਹੇ ਹੋਣ ਅਤੇ ਫੀਲਿੰਗ ਜਿਹੜੀ ਹੁੰਦੀ ਨਾ ਮਤਲਬ ਸਮਝ ਲਓ ਐਕਸਪਲੇਨ ਕਰਨਾ ਬਹੁਤ ਔਖਾ ਹੁੰਦਾ ਹੁਣ ਵੀ ਮੈਨੂੰ ਕਿੰਨਾ ਚੰਗਾ ਲੱਗ ਰਿਹਾ ਤੁਸੀਂ ਸਾਰੇ ਜਣੇ ਆਏ ਹੋ ਟਾਈਮ ਕੱਢ ਕੇ ਆਏ ਹੋ ਹੈ ਨਾ ਸਾਡੀ ਫਿਲਮ ਦੇਖਣ ਲਈ ਆ ਰਹੇ ਹੋ ਔਰ ਫਿਲਮ ਰਿਲੀਜ਼ ਹੋ ਗਿਆ ਅੱਜ ਤਾਂ ਚਲੋ ਖੈਰ ਹੈ ਨਾ ਮਤਲਬ ਫੀਲਿੰਗ ਸੱਚ ਤਾਂ ਮੈਂ ਐਕਸਪਲੇਨ ਨਹੀਂ ਕਰ ਪਾ ਰਿਹਾ ਬਟ ਬਹੁਤ ਵਧੀਆ ਫੀਲਿੰਗ ਹੈ ਬਹੁਤ ਜ਼ਿਆਦਾ ਜੀ ਐਜ਼ ਐਨ ਐਕਟਰ ਤਾਂ ਤੁਸੀਂ ਗਰੋ ਕੀਤਾ ਲੇਕਿਨ ਤੁਹਾਡੀ ਆਊਟਰ ਲੁੱਕ ਦੀ ਗੱਲ ਕਰੀਏ ਨਾ ਤੁਸੀਂ ਉੱਦਾਂ ਹੀ ਲੱਗਦੇ ਹੋ ਸੋ ਇਸ ਨੂੰ ਮੇਨਟੇਨ ਰੱਖਣ ਲਈ ਹਰ ਰੋਜ਼ ਕੀ ਸਪੈਸ਼ਲ ਹੁੰਦਾ ਇਹ ਤੁਹਾਡਾ ਪਿਆਰ ਹੀ ਹੈ ਜੀ ਅਤੇ ਜਿਹੜਾ 17-18 ਸਾਲ ਹੋ ਗਏ ਮੈਨੂੰ ਇੰਡਸਟਰੀ 'ਚ ਕੰਮ ਕਰਦੇ ਹੋਏ ਪਹਿਲਾਂ ਪੰਜਾਬ 'ਚ ਵੀਡੀਓਸ ਪੰਜਾਬੀ ਗਾਣੇ ਕੀਤੇ ਫਿਰ ਬੋਂਬੇ ਹਿੰਦੀ ਸੀਰੀਅਲ ਹੁਣ ਫਿਰ ਕਮ ਬੈਕ ਪੰਜਾਬੀ ਫਿਲਮ ਦੇ ਨਾਲ ਅਤੇ ਬਿਲਕੁਲ ਇੱਕ ਐਕਟਰ ਨੂੰ ਮੈਨੂੰ ਲੱਗਦਾ ਕਿ ਐਕਟਰ ਨੂੰ ਨਹੀਂ ਆਮ ਇਨਸਾਨ ਨੂੰ ਹਰ ਬੰਦੇ ਨੂੰ ਆਪਣਾ ਖਾਣ ਪੀਣ ਦਾ ਹੈ ਨਾ ਸਭ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਫਿਟਨੈਸ ਦੇ ਉੱਤੇ ਕਿਉਂਕਿ ਉਹ ਸਭ ਤੋਂ ਜ਼ਰੂਰੀ ਹੈ ਉਹ ਹੈ ਤਾਂ ਸਭ ਕੁਛ ਹੈ ਨਾ ਅਤੇ ਕੁਛ ਨਹੀਂ ਬਸ ਖਾਈ ਦਾ ਸਿੰਪਲ ਹੈ ਬਟ ਹਿਸਾਬ ਦੇ ਨਾਲ ਖਾਈਦਾ ਨਵੀਂ ਪੰਗੂ ਨੂੰ ਕੰਮ ਕਰਨਾ ਪਸੰਦ ਹੈ ਜਾਂ ਹੁਣ ਉਹ ਇਸ ਮੁਕਾਮ ਤੇ ਪਹੁੰਚ ਗਿਆ ਕਿ ਉਹਨਾਂ ਨੂੰ ਚੂਜ਼ ਹੀ ਕੰਮ ਕਰਨਾ ਪਸੰਦ ਹੈ ਮੈਨੂੰ ਕੰਮ ਕਰਨਾ ਪਸੰਦ ਹੈ ਬਟ ਚੰਗਾ ਕੰਮ ਕਰਨਾ ਪਸੰਦ ਹੈ ਜੀ ਇਸ ਫਿਲਮ ਦਾ ਜੋ ਕੈਰੈਕਟਰ ਹੈ ਅਸੀਂ ਉਹਦੇ ਬਹੁਤ ਸਾਰੇ ਸ਼ੇਡਸ ਦੇਖ ਰਹੇ ਹਾਂ ਸੋ ਐਜ਼ ਐਨ ਐਕਟਰ ਤੁਸੀਂ ਆਪਣੀ ਪਰਫਾਰਮੈਂਸ ਦੇਖਣ ਨੂੰ ਕਿੰਨੇ ਐਕਸਾਈਟਡ ਹੁੰਦੇ ਹੋ ਹੁੰਦੇ ਆ ਜੀ ਉਹ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਰਿਜ਼ਲਟ ਹੁੰਦਾ ਨਾ ਜਿੱਦਾਂ ਪੇਪਰ ਆਪਾਂ 10ਵੀਂ 11ਵੀਂ ਅਤੇ 12ਵੀਂ ਦੇ ਜੋ ਪੇਪਰ ਦੇਈਦੇ ਆ ਅਤੇ ਹਾਲਾਂਕਿ ਡੈਫੀਨੇਟਲੀ ਤੁਸੀਂ ਕੰਮ ਪੇਪਰ ਬਹੁਤ ਵਧੀਆ ਲਿਖਿਆ ਹੁੰਦਾ ਆ ਪਤਾ ਵੀ ਹੁੰਦਾ ਕਿ ਇੰਨੇ ਕੁ ਮਾਰਕਸ ਆ ਜਾਣਗੇ ਜਾਂ ਮਤਲਬ ਪਾਸ ਹੋ ਜਾਣਗੇ ਹੈ ਨਾ ਜਾਂ ਪੋਜੀਸ਼ਨ ਆ ਜਾਏਗੀ ਪਤਾ ਹੁੰਦਾ ਬਟ ਰਿਜ਼ਲਟ ਤਾਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਉਹ ਹੁੰਦਾ ਹੀ ਹੈ ਨਾ ਕਿ ਝੁੰਚਣੀ ਜੀ ਹੁੰਦੀ ਆ ਅਤੇ ਉਹ ਹੈਗੀ ਆ ਡੈਫੀਨੇਟਲੀ ਅਤੇ ਬਟ ਐਕਸਾਈਟਮੈਂਟ ਆਫਕੋਰਸ ਮੈਂ ਫਿਲਮ ਦੇਖੀ ਨਹੀਂ ਹਲੇ ਪੂਰੀ ਬਟ ਟ੍ਰੇਲਰ ਜਿੱਦਾਂ ਦੇਖਿਆ ਔਰ ਟ੍ਰੇਲਰ ਜੋ ਦੇਖ ਕੇ ਜੋ ਮੈਨੂੰ ਚਲੋ ਫੀਲ ਹੋਇਆ ਤਾਂ ਹੋਇਆ ਹੀ ਹੈ ਬਟ ਜੋ ਲੋਕਾਂ ਨੂੰ ਫੀਲ ਹੋਇਆ ਨਾ ਆਡੀਅੰਸ ਨੇ ਬਹੁਤ ਪਿਆਰ ਦਿੱਤਾ ਟ੍ਰੇਲਰ ਨੂੰ ਇੱਕ ਇੱਕ ਉਹਦੇ ਡਾਇਲੋਗ ਨੂੰ ਇੱਕ ਇੱਕ ਐਕਸਪ੍ਰੈਸ਼ਨ ਨੂੰ ਉਹਦੇ ਗਾਣਿਆਂ ਨੂੰ ਹੈ ਨਾ ਅਤੇ ਮਤਲਬ ਉਹ ਦੇਖ ਕੇ ਹੋਰ ਐਕਸਾਈਟਮੈਂਟ ਜਿਹੜੀ ਆ ਉਹ ਵੱਧ ਗਈ ਕਿ ਬਈ ਦੇਖੀਏ ਜਾ ਕੇ ਅੱਜ ਮੈਂ ਤੁਹਾਡੇ ਨਾਲ ਹੀ ਫਿਲਮ ਦੇਖਣੀ ਹੈ 17-18 ਸਾਲ ਆਪਣੇ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਕੁਝ ਅਜਿਹੇ ਮੋਮੈਂਟਸ ਆਏ ਹੋਣਗੇ ਜਦੋਂ ਲੱਗਿਆ ਹੋਊਗਾ ਕਿ ਮੇਰੀ ਲਾਈਫ ਦਾ ਇਹ ਡਿਸੀਜ਼ਨ ਸਹੀ ਚੱਲ ਰਿਹਾ ਜਾਂ ਨਹੀਂ ਆਪਣੇ ਆਪ ਨੂੰ ਕਿਵੇਂ ਹਮੇਸ਼ਾ ਪੋਜ਼ਿਟਿਵ ਰੱਖਿਆ ਕਿ ਇਹ ਕਰਨਾ ਤਾਂ ਇਹੀ ਕਰਨਾ ਤੁਹਾਡੇ ਸਵਾਲ ਮੈਨੂੰ ਇੰਨੇ ਚੰਗੇ ਲੱਗ ਰਹੇ ਸੱਚੀ ਦੀ ਪਹਿਲੇ ਸ਼ੁਰੂਆਤ ਹੀ ਬਹੁਤ ਸੋਹਣੀ ਕੀਤੀ ਹੈ ਨਾ ਅੱਜ ਤੱਕ ਮੈਨੂੰ ਆਹ ਸਵਾਲ ਕਿਸੇ ਨੇ ਨਹੀਂ ਪੁੱਛਿਆ ਕਿ ਡਿਸੀਜ਼ਨ ਕਿੱਦਾਂ ਦਾ ਹੈ ਨਾ ਲੱਗ ਰਿਹਾ ਲੈ ਕੇ ਅੱਜ ਤੁਸੀਂ ਪਹਿਲੇ ਹੋ ਹੈ ਨਾ ਅਤੇ ਯਕੀਨ ਮੰਨਿਓ ਮੈਨੂੰ 17-18 ਸਾਲ ਹੋ ਗਏ ਇੰਡਸਟਰੀ 'ਚ ਮੈਨੂੰ ਕਦੀ ਵੀ ਇੱਕ ਪੱਲੇ ਵੀ ਇੱਦਾਂ ਦਾ ਨਹੀਂ ਆਇਆ ਕਿ ਮੈਂ ਕਿਹੜੀ ਇੰਡਸਟਰੀ ਚੂਜ਼ ਕਰ ਲਈ ਜਾਂ ਮੈਂ ਕਿਹੜੀ ਲਾਈਨ 'ਚ ਆ ਗਿਆ ਜਾਂ ਮੈਨੂੰ ਨਹੀਂ ਆਉਣਾ ਚਾਹੀਦਾ ਸੀ ਨਹੀਂ ਮੈਨੂੰ ਕਦੀ ਦਿਮਾਗ 'ਚ ਵੀ ਨਹੀਂ ਆਇਆ ਮੈਨੂੰ ਤਾਂ ਇੱਦਾਂ ਲੱਗਿਆ ਕਿ ਯਾਰ ਇਹ ਰੱਬ ਨੇ ਬਣਾਇਆ ਮੇਰੇ ਲਈ ਹੈ ਨਾ ਮੈਂ ਤਾਂ ਕੁਛ ਹੋਰ ਬਣਨਾ ਚਾਹੁੰਦਾ ਸੀ
मैं तो स्कूटर मैकेनिक बनना चाहता है, फिर मैं पुलिस वाला भी बनना चाहता है पुलिस में, क्योंकि मेरे घर से कहते यार तेरी हाइट ठीक है तेनों पुलिस भर्ती होना चाहिए, मेरे चाचा जी भी कहते थे, दादा जी भी कहते थे, फिर मैं फिर पंजाबी का टीचर भी बनना चाहता है पर नहीं हुई वो चीज़ा। ईवन के मैं पी ए लालो साहब 17-18 साल के करियर के तीनों जिहड़ियां मैं थोड़ी चीज़ा दसियां है ना, मैं इन्ना काम कर लिया 300 तो उपर वीडियोज़ कर लिया, 7-8 एज ए लीड हीरो अपने हिंदी सीरियल कर रहे, हूँ फिल्म भी कर रहे हैं, किन्ने करैक्टर अदा वो प्ले कर ले, ना मैं पुलिस वाला कर पाया, ना मैं मिलया अज तक ऑफर नहीं होया, ना स्कूटर मैकेनिक का होया, ना मैं टीचर का होया, सोचो ये मतलब मैं इदा लगता कि वो जी मैं आह बनना चाहता ही आह बनना चाहता है, वो मैं इदा लगता है शायद कितने ना कि मेरे अंदर ना एक्टर ही सगा मैं कितने किरदार प्ले करना चाहता हूँ। तो ये चीज़ थानू असी बहुत सारे जो गाणियां च देखते सी ना, इसलिए मैं कहा कि तुसी अपने आप नू स्क्रीन ते जिंदा रखिया, वो चेहरा बने कि हर एक नू याद रहे, जो जो भी असी पोस्टर दे विच देखते सी सानू हुंदा सीगा कि नवी इस दे नाल जुड़े हुए है, कोई अजिहा भी टाइम आया सी जो लग्या सी जो भी है मैं ही हाँ सब कुछ? नहीं मैनू नहीं लग्या इदा कदी भी, मैनू इदा लग्या कि हुण आपां है ही नहीं है, आपां जद चाहण वाले नहीं होणगे, आपां नू प्यार करने वाली मान लो आपां अगर फैमिली कर लईए और साडी फैमिली ना होवे मान लो तो आप कले का की है कुछ भी नहीं ना, सानू ना किसी की सिंपथी मिलनी है, ना सानू प्यार मिलना है, ना साडा कोई दुख सुख साझा करने वाला, तो जिहड़ी ऑडियंस भी है एक्टर जिहड़ा अदाकार है कलाकार वो किहदे करके है, ऑडियंस करके ही है, तुहाडे करके ही फिल्म किहदे लई बनाउंदे आ, ऑडियंस करके बनाउंदे आ, और मैनू लगता कि ऑडियंस ही सब कुछ है, परमात्मा ने सानू ये वो हुनर बख्शिया होया कि अं अपना स्किल जिहड़े है ना सारे सामने पेश करिए तो वह सानू प्यार मिले, तो अगर ऑडियंस नहीं तो अं कुछ भी नहीं, और मेरे दिमाग कभी भी नहीं ये गल आई कि भी मैं पता नहीं मैं ही हाँ सब कुछ नहीं, करन कराने वाला परमेश्वर है बिल्कुल जी, मैं उन्होंने विश्वास करता। एज एन एक्टर एज एन पब्लिक फिगर हो तुसी बहुत वड्डी गल हुंदी है, सानू लगता हुंदा कि थोड़ी लाइफ च बहुत सारे लोग होंगे, बहुत सारे लोग थानू प्यार करते होंगे, बहुत सारे थोड़े दोस्त होंगे, लेकिन फिर भी कि थोड़ी जिंदगी च भी कुछ क्लोजर्स परसन ने और उही थोड़े नाल हले तक चल रहे ने? हाँ जी मैं लगता कि सारे कई बार क्लोज नहीं होंगे, कोई रेयर परसन होंगे जिस मैंने ऑफकोर्स मेरी फैमिली सब तो पहला मेरा परमात्मा है, मैं लगता कि बाकी छड़ देन पर परमात्मा ना हाथ छड़े ना कभी भी, तो चलो खैर वो करके सब ने हाथ फड़िया होया मेरा है ना, तो परमात्मा का हाथ हमेशा सिर तेरे चाहिए, पहला तो मैं उन्होंने विश्वास करता, दूजी गल मेरी फैमिली, तो तीजी गल मेरी फैमिली चो मेरा जो वड्डा ब्रदर है पलजिंदर भंगू वो करके अच्छ मैं इंडस्ट्री से हाँ, उन्होंने मैनू मोटीवेट किया, मेरी सपोर्ट की जिनी भी की है, मैं याद है कि जो साढ़े घर के हालात भी इन्हें सही नहीं होंगे सके 2004 दलों ये तो वो 1200 रुपए की दिहाड़ी तो मतलब पर मंथ से जॉब करता हूँ सगा पेंट की शॉप से, तो जो कमा मेरे से लाता ही वैसपा स्कूटर तेल पवा के आ डायरैक्टर को फलाने डायरैक्टर को इधर उधर ही स्ट्रगल टाइम अं जाते होंगे करते होंगे सके स्ट्रगल, उन्हें हमेशा मैंने मोटीवेट किया कि बई तू कर सकता तेन करना चाहिए, मैं लगता जो मैं नहीं कहता ना जो उल्टा मैं ये कह दिता कख नहीं कर सकता तो शायद मैं नहीं करता, तो मैं लगता अज भी वो मेरे नाल ही होंगे हर जगह मेरे नाल ही, इतने तक साड़ी फिल्म की सारी स्टार कास्टिंग जी कास्टिंग है ना वो भी उन्होंने की डायरेक्टर बेसिकली डायरेक्टर कास्टिंग डायरेक्टर बन गए वो, तो उन्होंने करके अच्छ मैं इतने हाँ जी अच्छे गल कर रहा हाँ, तो और मैं जो कह कि मेरा सब तो बेस्ट फ्रेंड कौन है तो उ है मेरा ब्रदर ही है वे भाजी, अजकल लोगों बड़ी जल्दबाजी आ गई, कहते फटाफट गाने करिए फटाफट इतों अगले स्टैप पर जाइए, कंसिस्टेंसी बरकरार रखना कि मुश्किल है और कि जरूरी है? मैं अपनी गल करा तो जी मैं कभी भी उतावलापन कभी नहीं होया कि मैं एकदम आह कर ला एकदम आह कर ला है ना, जिदा मैं थोड़ा पहले भी गल कर सकता जिदा मैं कभी प्लैन नहीं करता कि भी मैं अज हूँ इस तो बाद आ करूँगा या उस तो बाद करूँगा, मैं लगता कि आप करते रहने कई बार प्लैन पर हों उ जो मंजूरे खुदा होंगे है ना, तो मैं परमात्मा जी बिलीव करता जो हों चंगे लिए होंगे है ना, तो सब चीज़ है कि सबब बनते एक्चुअली, हूँ आ फिल्म तो पहला कोई होर फिल्म करने वाला मैं वो फिल्म ही नहीं हुई उ मैं 3 महीने मेहनत करता रहा पर अचानक ये मेरी झोली च पा के पै गई तो थोड़े सामने देख लो, बेस्ट बेस्ट विशेज और बहुत बहुत मुबारक फिल्म, थैंक यू जी, थैंक यू वेरी मच जी, गॉड ब्लेस यू, थैंक यू।